ਅਗਲੀ ਖਬਰ ਵਿੱਚ ਚੱਲੀਏ, ਜਿਹੜੀ ਟਰੱਕਿੰਗ ਇੰਡਸਟਰੀ ਨੂੰ ਲੈ ਕੇ ਹਜੇ ਵੀ ਜਿਹੜੀ ਬਲੀਡਿੰਗ ਚੱਲ ਰਹੀ ਹੈਗੀ ਆ। ਨਿਊਜਰਸੀ ਦੀ ਇੱਕ ਬਹੁਤ ਵੱਡੀ ਟਰੱਕਿੰਗ ਕੰਪਨੀ ਜਿਹੜੀ ਆ, ਅਨਫੋਰਚੁਨੇਟਲੀ ਉਹ ਪੰਜਾਬੀਆਂ ਦੀ ਸੀ, ਉਹਨਾਂ ਨੇ ਚੈਪਟਰ 11 ਜਿਹੜਾ ਫਾਈਲ ਕਰ ਦਿੱਤਾ ਹੈਗਾ। ਐਫ ਐਮ ਸੀ ਐਸ ਏ ਨੇ ਫਾਸਟ ਲਾਈਨ ਕਾਰਗੋ ਉਹਨੂੰ ਫਲੈਗ ਕੀਤਾ ਸੀ ਕ੍ਰਿਟੀਕਲ ਐਚ ਓ ਐਸ ਵਾਇਲੇਸ਼ਨ ਦੇ ਸੰਬੰਧ ਦੇ ਵਿੱਚ। ਫਾਸਟ ਲਾਈਨ ਕਾਰਗੋ ਜਿਹੜੀ ਕਿ ਬਿਜ਼ਨਸ ਕਰ ਰਹੀ ਸੀ ਐਜ ਐਫ ਐਲ ਸੀ ਸਿਨਾਮਿਨਸਨ, ਉਹਨਾਂ ਨੇ ਯੂ ਐਸ ਦੀ ਬੈਂਕਰਪਸੀ ਕੋਰਟ ਦੇ ਵਿੱਚ, ਜਿਹੜੀ ਡਿਸਟ੍ਰਿਕਟ ਆਫ ਨਿਊ ਜਰਸੀ ਆ, ਉੱਥੇ ਬੈਂਕਰਪਸੀ ਫਾਈਲ ਕਰ ਦਿੱਤੀ ਹੈਗੀ ਆ। ਉਹਦੇ ਵਿੱਚ ਉਹਨਾਂ ਨੇ ਐਸੈਟਸ ਤੇ ਲਾਇਬਿਲਟੀਜ਼ ਰੱਖੀਆਂ। ਐਸੈਟਸ ਕਹਿੰਦੇ ਸਾਡੇ ਕੋਲ 1 ਮਿਲੀਅਨ ਦੇ ਕਰੀਬ ਆ, ਲਾਇਬਿਲਟੀ ਜਿਹੜੇ ਲੋਕਾਂ ਦੇ ਦੇਣ ਵਾਲੇ ਪੈਸੇ ਆ ਉਹ 10 ਮਿਲੀਅਨ ਦੇ ਕਰੀਬ ਆ। ਟਰੱਕਿੰਗ ਕੰਪਨੀ ਕਹਿੰਦੀ ਆ ਵੀ ਸਾਡੇ ਕੋਲ 99 ਦੇ ਕਰੀਬ ਜਿਹੜੇ ਕ੍ਰੈਡੀਟਰਸ ਆ ਉਹਨਾਂ ਨੂੰ ਜਿਹੜੇ ਪੈਸੇ ਦੇਣ ਵਾਲੇ ਹੈਗੇ ਆ। ਐਫ ਐਲ ਸੀ ਬੈਂਕਰਪਸੀ ਅਟੋਰਨੀ ਜੋ ਐਲਨ ਮੈਕਡੋਵਲ ਆ, ਉਹਨਾਂ ਨੇ ਫਰੇਟ ਵੇਵਸ ਨੇ ਜਦੋਂ ਉਹਨਾਂ ਨੂੰ ਕੰਟੈਕਟ ਕੀਤਾ ਕੋਈ ਜਵਾਬ ਨਹੀਂ ਦਿੱਤਾ। ਐਫ ਐਲ ਸੀ ਜਿਹੜੀ ਕੰਪਨੀ ਆ ਯੂਜਲੀ ਇਹ ਜਨਰਲ ਫਰੇਟ ਨੂੰ ਹੌਲ ਕਰਦੀ ਸੀ, ਜਿਹਦੇ ਕੋਲ 41 ਡਰਾਈਵਰ ਤੇ 54 ਦੇ ਕਰੀਬ ਪਾਵਰ ਯੂਨਿਟ ਸੀਗੇ। ਐਫ ਐਮ ਸੀ ਐਸ ਏ ਦੇ ਸੇਫਰ ਦੇ ਵੈਬਸਾਈਟ ਤੇ ਇਹ ਜਿਹੜੀ ਸਾਰੀ ਇਨਫੋਰਮੇਸ਼ਨ ਦੱਸੀ ਗਈ ਆ ਤੇ ਕਹਿੰਦੇ ਵੀ ਉਹਨਾਂ ਨੂੰ ਜਿਹੜੀ ਅਥਾਰਟੀ ਆ ਮਈ 2017 ਚ ਮਿਲੀ ਸੀ। ਐਫ ਐਮ ਸੀ ਐਸ ਏ ਨੇ ਡੈਟੇ ਨੇ ਇਹ ਸ਼ੋਅ ਕਰਦਾ ਆ ਵੀ 64 ਵਾਰ ਇਸ ਕੰਪਨੀ ਦੇ ਟਰੱਕਾਂ ਨੂੰ ਇੰਸਪੈਕਟ ਕੀਤਾ ਗਿਆ, 20 ਵਾਰ ਇਹਨਾਂ ਨੂੰ ਆਊਟ ਆਫ ਸਰਵਿਸ ਪਲੇਸ ਕੀਤਾ ਗਿਆ, 31% ਆਊਟ ਆਫ ਸਰਵਿਸ ਰੇਟ ਪਿਛਲੇ 24 ਮਹੀਨਿਆਂ ਦੇ ਵਿੱਚ। ਇਹ ਕਾਫੀ ਵੱਡਾ ਨੰਬਰ ਆ, ਜਦਕਿ ਨੈਸ਼ਨਲ ਐਵਰੇਜ ਨੰਬਰ 21% ਹੁੰਦਾ। ਐਫ ਐਲ ਸੀ ਦੇ ਡਰਾਈਵਰਸ 112 ਵਾਰੀ ਇੰਸਪੈਕਟ ਕੀਤੇ ਗਏ, 15 ਵਾਰੀ ਉਹਨਾਂ ਨੂੰ ਆਊਟ ਆਫ ਸਰਵਿਸ ਪਿਛਲੇ ਜਿਹੜਾ 2 ਸਾਲਾਂ ਦੇ ਵਿੱਚ ਰੱਖਿਆ ਗਿਆ, ਜੋ ਕਿ 13.4% ਆਊਟ ਆਫ ਸਰਵਿਸ ਰੇਟ ਬਣਦਾ ਆ। ਇਹ ਆਲਮੋਸਟ ਡਬਲ ਆ ਨੈਸ਼ਨਲ ਐਵਰੇਜ ਨਾਲੋਂ, ਜੋ ਕਿ 6% ਹੈਗਾ। ਟਰੱਕਿੰਗ ਕੰਪਨੀ ਦੇ 112 ਦੇ ਕਰੀਬ ਡਰਾਈਵਰ ਇੰਸਪੈਕਸ਼ਨ ਹੋਈਆਂ, 29 ਵਾਰ ਜਿਹੜੇ ਉਹਨਾਂ ਦੇ ਆਵਰਸ ਆਫ ਸਰਵਿਸ ਦੀਆਂ ਵਾਇਲੇਸ਼ਨ ਹੋਈਆਂ ਹੈਗੀਆਂ। FLC ਕੰਪਲਾਇੰਸ ਰਿਵਿਊ ਇਹਨਾਂ ਦਾ ਜਨਵਰੀ ਦੇ ਵਿੱਚ ਹੋਇਆ ਸੀ ਤੇ ਪਿਛਲੇ 2 ਸਾਲਾਂ ਦੇ ਵਿੱਚ 4 ਇੰਜਰੀ ਦੇ ਜਿਹੜੇ ਕਲੇਮ ਹੋਏ ਇਹਨਾਂ ਦੇ ਅਗੇਂਸਟ ਤੇ 3 ਟੋ ਅਵੇਜ਼ ਹੋਏ ਹੈਗੇ ਆ। US ਬੈਂਕਰਪਸੀ ਦੇ ਜੱਜ ਐਂਡਰਿਊ ਵੀ ਐਲਥਨਬਰਗ ਜੂਨੀਅਰ ਇਹ ਟਰੱਕਿੰਗ ਕੰਪਨੀ ਦਾ ਜਿਹੜਾ ਫਸਟ ਡੇ ਮੋਸ਼ਨ ਹੋਇਆ ਫਾਈਲ ਹੋਇਆ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ 80,000 ਤੋਂ ਵੱਧ ਜਿਹੜੇ ਆ ਉਹ ਇੰਪਲਾਈਜ਼ ਦੀ ਜਿਹੜੀ ਤਨਖਾਹ ਆ, ਪੇਰੋਲ ਤੇ ਟੈਕਸ, ਵਰਕਰਸ ਕੌਮ ਇੰਸ਼ੋਰੈਂਸ ਇਹ ਦੇਣ ਵਾਲੀ ਹੈਗੀ ਆ। ਜੇ ਪੇਰੋਲ ਨਾ ਉਹਨਾਂ ਨੂੰ ਦਿੱਤੀ ਗਈ ਤਾਂ ਬਿਜ਼ਨਸ ਜਿਹੜਾ ਅਲਟੀਮੇਟਲੀ ਇਹ ਕਲੋਜ਼ ਹੋ ਜਾਊਗਾ। ਅਮਨਜੋਤ ਕੌਰ ਟਰੱਕਿੰਗ ਕੰਪਨੀ ਦੇ CEO ਆ, ਜੋ 51% ਕੰਪਨੀ ਦੇ ਸ਼ੇਅਰ ਓਨ ਕਰਦੇ ਆ। ਅੰਮ੍ਰਿਤ ਰਾਜ ਸਿੰਘ ਜੋ COO ਆ, ਜੋ 49% FLC ਦੇ ਸ਼ੇਅਰਸ ਓਨ ਕਰਦੇ ਆ। 20 ਦੇ ਕਰੀਬ ਲਾਰਜੈਸਟ ਉਹਨਾਂ ਦੇ ਅਨਸਿਕਿਉਰਡ ਕ੍ਰੈਡੀਟਰਸ ਹੈਗੇ ਆ, ਜਿਨ੍ਹਾਂ ਦੇ ਵਿੱਚ ਫੁਲਟਨ ਬੈਂਕ ਆਫ ਈਸਟ, ਪੀਟਰਸਬਰਗ, ਪੈਨਸਲਵੇਨੀਆ ਜੋ 2.2 ਮਿਲੀਅਨ ਡਾਲਰ ਬਣਦਾ, ਲਿਬਰਟਸ ਫੰਡਿੰਗ ਗ੍ਰੀਨਵਿਚ ਕਨੈਟੀਕਟ ਦੀ ਆ, ਉਹ 4,92,000 ਬਣਦੇ ਆ। ਸੈਂਟਰ ਬੈਂਕ ਆਫ ਬੋਸਟਨ ਉਹਨਾਂ ਨੂੰ 2,08,000 ਦੇ ਕਰੀਬ ਦੇਣਾ ਹੈਗਾ। ਐਫ ਐਲ ਸੀ ਦੇ ਲਿਸਟ ਆਫ ਕ੍ਰੈਡੀਟਰਸ ਦੀ ਜੋ ਪ੍ਰਾਇਓਰਟੀ ਅਨਸਿਕਿਉਰਡ ਕਲੇਮ ਆ ਉਹਨਾਂ ਦੇ ਵਿੱਚ ਮੋਟਿਵ ਆਫ ਸੈਨ ਫਰਾਂਸਿਸਕੋ ਉਹਨਾਂ ਨੂੰ 99,000 ਦੇਣਾ, ਜਗਜੀਤ ਸਿੰਘ ਬਰਲਿੰਗਟਨ ਨਿਊ ਜਰਸੀ ਦੇ 30,000, ਐਫ ਐਮ ਸੀ ਐਸ ਏ ਆਫ ਵਾਲਟੀਮੋਰ ਜਿਹਨਾਂ ਨੂੰ 16,000 ਦੇ ਕਰੀਬ ਦੇਣਾ।
ਕੈਰੀਅਰ ਦੀ ਇਸ ਕੰਪਨੀ ਦੀ ਕਹਿੰਦੇ ਵੀ ਰੈਵਨਿਊ ਜਨਵਰੀ 1 ਦੇ ਵਿੱਚ ਜਦੋਂ ਤੱਕ ਉਹਨਾਂ ਨੇ ਬੈਂਕਰਪਸੀ ਨਹੀਂ ਫਾਈਲ ਕੀਤੀ ਸੀ 4.4 million ਦੇ ਕਰੀਬ ਸੀ। ਪਟੀਸ਼ਨ ਦੇ ਵਿੱਚ ਇਹ ਵੀ ਦੱਸਿਆ ਗਿਆ ਵੀ ਇਹ ਕੰਪਨੀ ਨੇ 12.6 million ਜਿਹੜੀ ਆ ਉਹਨਾਂ ਦੀ ਗ੍ਰੋਸ ਹੋਈ ਸੀ 2023 ਚ ਤੇ 12 million 2022 ਦੇ ਵਿੱਚ। ਐਫ ਐਲ ਸੀ ਦੇ ਅਕਾਊਂਟ ਰਿਸੀਵੇਬਲ 8,50,000 ਦੇ ਕਰੀਬ ਆ ਪਿਛਲੇ 90 ਦਿਨਾਂ ਦੇ। ਇਹ ਸਾਰੀ ਜਿਹੜੀ ਰਿਪੋਰਟ ਆ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈਗੀ ਆ, ਫਰੇਟ ਵੇਵਸ ਮੈਗਜ਼ੀਨ ਆ ਜਿਹੜਾ ਟਰੈਕਿੰਗ ਇੰਡਸਟਰੀ ਨੂੰ ਕਵਰ ਕਰਦਾ ਹੈਗਾ, ਉਹਦੀ ਜਿਹੜੀ ਰਿਪੋਰਟ ਹੈਗੀ ਆ। ਸੋ ਉਹ ਐਗਜੈਕਟਲੀ ਕੀ ਕੁਝ ਹੋਇਆ ਉਹ ਮੈਂ ਤੁਹਾਡੇ ਨਾਲ ਸਾਂਝਾ ਕੀਤਾ। ਜੀ ਜੀ।